ਇਹ ਦੇਖਿਓ ਕਿ ਅਸੀਂ ਸਟਾਈਲਿੰਗ ਕਿੱਦਾਂ ਕਰਦੇ ਹਾਂ ਵਾਲਾਂ ਦੀ, ਵਾਲ ਬਣਦੇ ਕਿੱਦਾਂ ਦੇ ਵਾਕੂ ਉਹਦੇ ਵਿੱਚ ਗਾਣੇ ਦੇ ਵਿੱਚ ਆਪਾਂ ਜਿਹੜੇ ਬਾਅਦ ਕਰਦੇ ਪਹਿਲਾਂ ਬੀਅਡ ਕਰ। ਦਾੜੀ ਡਨ, ਸੀਧਾ ਪਰਫੈਕਟ ਕੱਟ, ਨੈਕਸਟ ਹੈਡ ਵਾਸ਼, ਨੈਕਸਟ ਗੋ। ਹਾਂ ਅੱਖਾਂ ਉੱਤੇ ਤੇਰੇ ਆ ਪਰ ਅੱਡਾ ਸੱਜਣਾ, ਹੈਡ ਵਾਸ਼ ਡਨ। ਵਾਲ ਛੋਟੇ ਕੀਤੇ ਹੋਏ ਨਾ, ਮੈਂ ਪਤਾ ਨਹੀਂ ਕਿੱਦਾਂ ਦਾ ਸਟਾਈਲ ਹੋਣਾ ਵਧੀਆ, ਪਰ ਆਪਾਂ ਕਰ ਰਹੇ ਹਾਂ ਮੈਸੀ ਮੈਸੀ ਯਾ ਥੋੜੇ पहले हमने माइंड में लाना है कि हमने हिट सेल कौन सा लाना है, फिर उसके बाद हम ब्लोडर ਕਈ ਲੋਕ ਮੂੰਹ ਦੇ ਹਿਸਾਬ ਨਾਲ ਨੀ ਬਣਾਉਂਦੇ, ਵਾਲਾਂ ਦੇ ਹਿਸਾਬ ਨਾਲ ਬਣਾ ਦਿੰਦੇ ਨੇ। ਮੈਂ ਸਪਰੇ ਜ਼ਿਆਦਾ ਲਗਾਤਾ ਹੂੰ ਔਰ ਹਮਾਰੇ ਕਲਾਇੰਟ ਪਸੰਦ ਨਹੀਂ ਕਰਤੇ, ਉਹ ਨੱਕ ਚ ਪੈ ਜਾਂਦੀ ਹੈ ਸਾਹ ਨੀ ਆਉਂਦਾ, ਮਹਾਰਾਜ ਤੇ ਕਲਾਇੰਟ ਪੂਰਾ ਹੋ ਜਾਏ ਵਾਲ ਤੈਲ ਕੇ ਕਰੋ ਸਾਹ ਨੀ ਆ ਰਿਹਾ ਜੀ।
सारे वाल बराबर सारे पासे सब तो वधिया हेयरस्टाइल उदों ही बनता है जदों सारे पासे बराबर होने वाले जे कोई पासे भी थले उत्ते हो फिर वधिया नहीं लगते।